ਵਿਚਾਰ ਕਰਨਾ ਜੀ ਮੈਂ ਤੁਹਾਨੂੰ ਇੰਨਾ ਇਨਾਮ ਦੇ ਰਹੀ ਤੁਸੀਂ ਝੰਡਾ ਚੜਾ ਲਓ ਜਾ ਕੇ ਖਾਲਿਸਤਾਨ ਦਾ, ਜੇ ਇਹਨੂੰ ਚਾਹ ਆਪ ਜਾਵੇ ਤਾਂ ਮੈਂ ਇਹਨੂੰ $5 million ਦਿੰਦਾ ਇਨਾਮ, ਗੁਰਬੀਰ ਜੀ ਨੋਟ ਕਰਿਓ, ਤੇ ਇਹ ਫਿਰ ਉੱਥੇ ਜਾ ਚੜਾਵੇ। ਅਸੀਂ ਕੋਈ ਚੈਲੰਜ ਨਹੀਂ ਕਰ ਰਹੇ, ਕਿਸੇ ਨੂੰ ਥ੍ਰੈਟ ਨਹੀਂ ਕਰ ਰਹੇ, ਅਸੀਂ ਚਾਹੁੰਦੇ ਕਿ ਤੁਸੀਂ ਲੋਕਾਂ ਨੂੰ ਗੁੰਮਰਾਹ ਨਾ ਕਰੋ ਜਿਹੜੀ ਚੀਜ਼ ਨਹੀਂ ਹੈ। ਪਹਿਲੀ ਗੱਲ ਤਾਂ ਉਹ ਆਪ ਸਿੱਖੇ ਨਹੀਂ ਹੈ, ਦੇਖੋ ਇਹਦੀ ਸ਼ਕਲ ਤੇ ਉਹਦੀ ਅਕਲ, ਉਹਨੂੰ ਪਹਿਲਾਂ ਹੱਥ ਆਪ ਸਿੱਖ ਬਣੇ, ਉਹਨੂੰ ਜੇ ਚਾਹੀਦਾ ਤਾਂ ਪੰਜਾਬ ਜਾਵੇ, ਉਹ ਤੁਸੀਂ ਲੋਕਾਂ ਨੂੰ ਸਿੱਖੀ ਵਿੱਚ ਜਿਹੜੀ ਨਿਮਰਤਾ ਹੋਣੀ ਚਾਹੀਦੀ ਹੈ। ਸੋਰੀ ਸੈਡ ਐਂਡ ਬੈਡ ਪਾਰਟ, ਅਸੀਂ ਅਗੇਂਸਟ ਇਸ ਚੀਜ਼ ਦੇ ਹਾਂ ਕਿ ਧਰਮ ਦਾ ਅਸੀਂ ਵੱਧ ਤੋਂ ਵੱਧ ਧਿਆਨ ਦਿੰਦੇ ਹਾਂ ਕਿ ਧਰਮ ਪ੍ਰਤੀ ਹਰ ਇੱਕ ਦੀ ਸ਼ਰਧਾ ਹੋਣੀ ਚਾਹੀਦੀ ਵੱਧ ਤੋਂ ਵੱਧ। ਗੁਰੂ ਘਰਾਂ ਦੀ ਸੁੰਦਰ ਇਮਾਰਤਾਂ ਵਿੱਚ ਯੋਗਦਾਨ ਪਾਓ, ਨਗਰ ਕੀਰਤਨ ਵਿੱਚ ਪਹੁੰਚੋ, ਪਰ ਅੜੇ ਨਾਰੇ ਲਾਉਣੇ ਆ ਜਾਂ ਫਿਰ ਕੁਝ ਕੁ ਲੋਕ ਆ ਜਿਹੜੇ ਡਿਸਟਰਬ ਕਰਦੇ ਸਿਸਟਮ ਨੂੰ, ਇਹ ਡਿਸਟਰਬ ਕਰਨ ਵਾਲੇ ਨਹੀਂ ਚਾਹੀਦੇ। ਦੂਜੀ ਗੱਲ ਵੋਟ ਬੈਂਕ ਦੀ ਆ, ਸਿਆਸੀ ਲੋਕਾਂ ਨੇ ਤਾਂ ਉੱਧਰ ਨੂੰ ਦੇਖਣਾ ਕਿ ਇਹ ਤਾਂ ਜੀ ਭਾਈ ਲੋਕ ਇਹਨਾਂ ਮਗਰ ਇੰਨੇ ਆ, ਅਸੀਂ ਜੋ ਚਾਹੁੰਦੇ ਆ ਉਹ ਸਪੀਚ ਕਰਕੇ ਚੱਲ ਜਾਈਏ, ਇਹ ਵੀ ਇਹਨਾਂ ਲਈ ਮਾੜੀ ਗੱਲ ਹੈ। ਜਿਹੜੇ ਪੋਲੀਟੀਸ਼ੀਅਨ ਆ ਇਹਨਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਭਾਈ ਜਿਹੜੇ ਤੁਸੀਂ ਆਣ ਕੇ ਸਪੀਚ ਕਰਦੇ, ਜਿਹੜੇ ਲੋਕ ਬੈਠੇ ਆ ਨਾ, ਇਹ ਸਾਰੇ ਤੁਹਾਡੀ ਵੋਟ ਟੁੱਟਦੀ ਵੀ ਹੈ, ਜੁੜਦੀ ਨੀ ਨਾਲ ਤੁਹਾਡੇ, ਤੁਹਾਡੀ 5% ਜੁੜਦੀ ਆ ਤਾਂ 95% ਲੋਕ ਕਹਿੰਦੇ ਅਸੀਂ ਇਹਨੂੰ ਵੋਟ ਪਾਉਣੀ ਨੀ ਇਸ ਪੋਲੀਟੀਸ਼ੀਅਨ ਨੂੰ। ਬਹੁਤ ਬੁਰਾ ਮਨਾਇਆ ਜੀ ਅੱਜ ਕੇ ਲੋਕਾਂ ਨੇ, ਇਸ ਉੱਤੇ ਗੱਲ ਕੋਈ ਹੋਈ ਨੀ, ਧਰਮ ਪ੍ਰਚਾਰ ਤਾਂ ਧਰਮ ਦੀ ਗੱਲ ਤਾਂ ਹੋਈ ਨੀ, ਹਾਂਜੀ ਧਰਮ ਦਾ ਪ੍ਰਚਾਰ ਕਰੋ, ਤੁਸੀਂ ਸਿੱਖੀ ਦਾ ਪ੍ਰਚਾਰ ਕਰੋ। ਇਹ ਹੁਣ ਜਿਹੜੇ ਪੋਲੀਟੀਸ਼ੀਅਨ ਆ ਇਹਨਾਂ ਨੂੰ ਸਮਝ ਲੱਗ ਜਾਣੀ ਜਦੋਂ ਜਦ ਵੋਟਾਂ ਪੈਣੀਆਂ, ਲੋਕ ਚੁੱਪ ਕਰ ਜਾਂਦੇ, ਲੋਕ ਕਹਿੰਦੇ ਕਿ ਜਿਹੜੇ ਬੰਦੇ ਨੇ ਆਣ ਕੇ ਬੋਲਿਆ ਸਪੀਚ ਦਿੱਤੀ ਆ, ਇਹ ਇਹਨਾਂ ਨੂੰ ਚੰਦ ਇੱਕ ਬੰਦੇ ਨੂੰ ਖੁਸ਼ ਕਰਨ ਲਈ ਕੀਤੀ ਗੱਲ ਤਾਂ ਉਹਨੂੰ ਟਾਈਮ ਦਿੱਤਾ, ਜਿਹੜਾ ਨਹੀਂ ਗੱਲ ਕਰਦਾ ਉਹਨੂੰ ਫਸਾਦੇ ਨੇ ਇਹ। ਸਹੀ ਗੱਲ ਹੈ, ਹਾਂਜੀ ਉਹਨੂੰ ਕਹਿੰਦੇ ਜੀ ਇਹਨੂੰ ਇਹਦਾ ਬਾਈਕਾਟ ਕਰ ਦਿਓ ਜੀ। ਇਹ ਕੌਣ ਅਕਾਊਂਟ ਦੇ ਕਾਨੂੰਨ ਦੇ ਮੁਤਾਬਕ ਜਿਹੜੇ ਧਾਰਮਿਕ ਸਥਾਨ ਨੇ ਇਹਨਾਂ ਦੇ ਜਿਹੜੇ ਚੈਰਿਟੀ ਨੰਬਰ ਆ ਉਹ ਕੈਂਸਲ ਹੋ ਸਕਦੇ ਆ। ਦੇ ਕਾਂਟ ਬਾਈਕਾਟ ਵਿਦਆਊਟ ਰੀਜ਼ਨ, ਵੱਖਰਾ ਆਪਣਾ ਨਗਰ ਕੀਰਤਨ ਸਜਾਉਣ, ਚੰਗੀ ਗੱਲ ਹੈ, ਜਿਹੜੇ ਹੋਣਗੇ ਚੱਲ ਜਾਣਗੇ, ਸਾਨੂੰ ਕੀ ਜਾਵੇ, ਗੁੱਡ ਲੱਕ। ਹਾਂਜੀ ਅਸੀਂ ਅਗਲੀ ਕਾਲਿੰਗ ਦੇ ਸਵਾਲ ਦੱਸੀਏ ਤੁਹਾਨੂੰ ਕਿ ਤੁਹਾਡੇ ਸੇਵ ਵਿੱਚ ਅਸੀਂ ਨੈਕਸਟ ਕਾਲ ਜਾ ਰਹੇ ਹਾਂ। ਮਿਹਰਬਾਨੀ, ਚੰਗੇ ਵਿਚਾਰ ਦਿੱਤਾ ਤੁਸੀਂ, ਬਹੁਤ ਵਧੀਆ ਕੀਤਾ। ਹਾਂਜੀ ਨੰਬਰ 3 ਕਾਲਰ ਲਾਈਨ ਤੇ ਅਮਿੰਦਰ ਜੀ ਬੋਲੋ ਜੀ। ਹਾਂਜੀ ਸਤਿ ਸ੍ਰੀ ਅਕਾਲ ਬਾਸੀ ਸਾਹਿਬ, ਕੀ ਹਾਲ ਹੈ ਜੀ? ਠੀਕ ਹੈ ਜੀ, ਆਪ ਜੀ ਦਾ ਵਿਚਾਰ ਕੀ ਨੇ? ਮੇਰੇ ਵਿਚਾਰ ਤੇ ਇਹ ਬਾਸੀ ਸਾਹਿਬ ਸਾਰੀ ਭੇਡ ਚਾਲ ਹੈ ਜੀ, ਕੁੜੀਆਂ ਇੱਕ ਦੂਜੇ ਨੂੰ ਦੇਖ ਕੇ ਮਹਿੰਗੇ ਤੋਂ ਮਹਿੰਗਾ ਲਹਿੰਗਾ ਪਾ ਕੇ ਜਾਣ ਦੀ ਕੋਸ਼ਿਸ਼ ਕਰਦੀਆਂ। ਮੇਰੇ ਹਿਸਾਬ ਨਾਲ ਲਹਿੰਗਾ ਪਾਣਾ ਹੀ ਨਹੀਂ ਚਾਹੀਦਾ, ਸਿਰਫ ਸੂਟ ਪਾਓ ਸਿੰਪਲ ਜਿਹਾ, ਜਿੱਥੇ ਲੱਖਾਂ ਡਾਲਰ ਤੁਸੀਂ ਵਿਆਹ ਦੇ ਉੱਤੇ ਖਰਚਦੇ, ਇੱਕ $500 ਦਾ ਸੂਟ ਸਵਾ ਕੇ ਆਰਾਮ ਨਾਲ ਜਾਓ, ਆਨੰਦ ਕਾਰਜ ਕਰੋ ਆਪਣਾ, ਬਾਹਰ ਜਾ ਕੇ ਲਹਿੰਗੇ ਪਾਓ, ਜੋ ਮਰਜ਼ੀ ਪਾਓ। ਚੰਗੀ ਗੱਲ ਹੈ ਕਿ ਵਧੀਆ ਗੱਲ ਹੈ ਕਿ ਤੁਸੀਂ ਸਿੰਪਲ, ਹਾਂਜੀ ਸਿੰਪਲ ਸੂਟ ਪਾਓ ਜੀ, ਸਿੰਪਲ। ਪਹਿਲੇ ਜ਼ਮਾਨੇ 'ਚ ਲੋਕੀ ਸੂਟ ਪਾ ਕੇ ਆਨੰਦ ਕਾਰਜ ਹੁੰਦੇ ਸੀਗੇ ਲੋਕਾਂ ਦੇ, ਇਹ ਤਾਂ ਭੇਡ ਚਾਲ ਹੈ ਜੀ। ਉਹ ਮੇਰੀ ਸਹੇਲੀ ਨੇ 10,000 ਵਾਲਾ ਪਾਇਆ, ਮੈਂ 20,000 ਵਾਲਾ ਪਾਵਾਂਗੀ, ਅਜਲੀ ਕਹਿੰਦੀ ਮੈਂ 30 ਵਾਲਾ ਪਾਵਾਂਗੀ। ਮਾਂ ਪਿਓ ਦੇ ਉੱਤੇ ਵੱਖਰਾ ਬੋਝ ਹੈਗਾ ਜੀ, ਤੇ ਨਾਲ ਨੰਗ ਪ੍ਰਦਰਸ਼ਨ ਵੱਖਰਾ ਕਰਦੀਆਂ ਹੈ, ਨਾਲੇ ਜਿਹੜੇ ਐਡੇ ਐਡੇ ਵੱਡੇ ਇੰਨੇ ਆਕਾਰ ਦੇ 2 ਕਿਲੋ ਵੀ ਦੋ, ਮੈਂ ਕਹਿੰਦਾ ਕਿੰਨੇ ਹੁਣ ਦੋ, ਕਿੰਨਾ ਆਕਾਰ ਹੋ ਰਿਹਾ ਹੁੰਦਾ। ਮੈਂ ਕਹਿ ਰਿਹਾ ਜੀ ਜਿੰਨੇ ਜ਼ਿਆਦਾ ਪੈਸੇ ਉਹਨਾਂ ਵੱਡਾ ਲਹਿੰਗਾ, ਉਹਨਾਂ ਵੱਡਾ ਖਿਲਾਰਾ, ਸਿੰਪਲ ਜਿਹਾ ਸੂਟ, ਇੱਕ ਜ਼ਿਆਦਾ ਵਧੀਆ ਸੂਟ ਸਵਾ ਲਓ ਤੁਸੀਂ, $1,000 ਵਾਲਾ ਸਵਾ ਲਓ, $2,000 ਵਾਲਾ ਸਵਾ ਲਓ, $1,00,000 ਤੁਸੀਂ ਵਿਆਹ ਤੇ ਖਰਚ ਦਿੰਦੇ ਹੋ, $2,000 ਸੂਟ ਤੇ ਖਰਚ ਲਓ ਐਕਸਟਰਾ। ਬੜੇ ਅੱਛੇ ਵਿਚਾਰ ਨੇ, ਅਸੀਂ ਕਦ ਕਰਦੇ ਨਾਲ ਮਰਿਆਦਾ ਦਾ ਖਿਆਲ ਰੱਖਦੇ ਹਾਂ, ਮਰਿਆਦਾ ਦਾ ਖਿਆਲ। ਸੂਟ ਸੂਟ ਤੋਂ ਵਧੀਆ ਕੀ ਹੈਗਾ ਸਾਡੇ ਧਰਮ ਦੇ ਵਿੱਚ? ਸਭ ਤੋਂ ਵਧੀਆ ਸੂਟ ਹੈਗਾ, ਸਾਰੇ ਸਾਡੀਆਂ ਮਾਵਾਂ, ਸਾਡੀਆਂ ਸਾਰੀਆਂ ਦਾਦੀਆਂ ਸਾਰੀਆਂ ਸੂਟਾਂ ਹੀ ਪਾਉਂਦੀਆਂ ਰਹੀਆਂ। ਅੱਛਾ ਇੱਕ ਗੱਲ ਹੋਰ ਵੀ ਆ, ਜਿਹੜੇ ਨਾ ਸੈਕਟਰੀ ਬਣਦੇ ਆ ਜਦੋਂ ਕੋਈ ਪ੍ਰੋਗਰਾਮ ਹੁੰਦਾ ਆ, ਉਹ ਸੈਕਟਰੀ ਬਣਨਾ ਜਿਹਨਾਂ ਨੂੰ ਅਕਲ
ਜਿਹਨਾਂ ਦੀ ਪਰਸਨੈਲਿਟੀ ਹੋ ਗਈ ਜੀ, ਸਾਰੀਆਂ ਪੈਸੇ ਦੀਆਂ ਗੱਲਾਂ ਜੀ, ਬਸ ਪੁੱਛੋ ਨਾ, ਬੁਰਾ ਹਾਲ ਹੈਗਾ ਜੀ, ਕਿਉਂਕਿ ਇੱਧਰ ਖਾਲਿਸਤਾਨ ਦਾ ਰੋਲਾ ਪਾ ਕੇ ਬੈਠ ਜਾਂਦੇ ਆ ਵਿੱਚ। ਤੁਸੀਂ ਗੁਰੂ ਘਰ ਬਣਾਏ ਹੈ ਸਾਧ ਸੰਗਤ ਵਾਸਤੇ, ਖਾਲਿਸਤਾਨ ਦਾ ਕੀ ਕੰਮ ਹੈਗਾ ਉਹਦੇ ਵਿੱਚ, ਮੈਨੂੰ ਸਮਝ ਨਹੀਂ ਪੈਂਦਾ ਹੈਗਾ। ਤੁਹਾਨੂੰ ਨੀ ਪੈਂਦਾ, ਕਿੰਨੇ ਸਾਲ, ਮੈਨੂੰ ਤਾਂ 50 ਸਾਲ ਹੋ ਗਏ ਇਹ ਕੰਮ ਕਰਦੇ ਨੂੰ, ਮੇਰੇ ਪੀਸ ਪਾਏ ਨੇ। ਇੱਥੇ ਹੈਗਾ ਇੰਡੀਆ ਜਾ ਕੇ ਕੋਈ ਨਹੀਂ ਬੋਲਦਾ ਜੀ, ਉੱਥੇ ਕਿਸੇ ਦੀ ਜ਼ਬਾਨ ਨਹੀਂ ਖੁੱਲਦੀ, ਉੱਥੇ ਜਾਂਦੇ ਸਾਰੇ ਮੌਜ ਮਸਤੀ ਕਰਕੇ ਵਾਪਸ ਆ ਜਾਂਦੇ, ਉੱਥੇ ਕੋਈ ਨਹੀਂ ਜਾ ਕੇ ਗੁਸਕਦਾ ਉੱਥੇ, ਪਤਾ ਨਾ। ਮੈਂ ਇੰਡੀਆ ਕੌਂਸਲੇਟ ਨੂੰ ਬੇਨਤੀ ਕਰਾਂਗਾ ਕਿ ਇਹ ਜਿਹੜੇ ਗੁਰਮੰਤ ਪੰਨੂ, ਇਹਨਾਂ ਨੂੰ ਫੌਰਨ ਵੀਜ਼ਾ ਦੇ ਕੇ ਇਹਨਾਂ ਨੂੰ ਤਿਆਰ ਹੋ? ਬਿਲਕੁਲ ਤਿਆਰ ਹੈ, ਤਿਆਰ ਆ। ਮੈਂ ਵੀ ਯੋਗਦਾਨ ਪਾਊਂਗਾ ਤੁਹਾਡੇ ਨਾਲ, ਮਿਹਰਬਾਨੀ। ਮੈਂ ਪਾਊਂਗਾ $500, ਮੈਂ ਪਾਵਾਂਗਾ ਇਹ ਬੰਨੇ ਪੰਨੂ ਨੂੰ ਕਹੋ ਜਾਵੇ ਇੰਡੀਆ, $500 ਮੇਰੇ ਨਾਮ ਦਾ ਲਿਖੋ। ਇਹ ਇਨਾਮ ਕਹਿੰਦਾ ਮੈਂ 2 ਰੱਖ ਦਊਂਗਾ ਜੇ ਝੰਡਾ ਚੜਾ ਦੂੰ ਖਾਲਿਸਤਾਨ ਦਾ, ਤੇ ਮੈਂ ਇਹਨੂੰ ਕਹਿੰਦਾ $5,000 ਸੀ, ਮੈਂ ਇਹਨੂੰ $5 million ਦੇਣ ਨੂੰ ਤਿਆਰ ਹਾਂ। ਇਹ ਆਪ ਜਾਵੇ ਝੰਡਾ ਚੜਾਵੇ ਤੇ $5 million ਮੇਰੇ ਤੋਂ ਲੈ ਲਵੇ। ਗਲਤ ਲੋਕਾਂ ਨੂੰ ਪ੍ਰਚਾਰ ਕਰਨਾ ਜੀ, ਮੈਂ ਤੁਹਾਨੂੰ ਇੰਨਾ ਇਨਾਮ ਦੇ ਰਹੀ, ਤੁਸੀਂ ਝੰਡਾ ਚੜਾ ਲਓ ਜਾ ਕੇ ਖਾਲਿਸਤਾਨ ਦਾ। ਜੇ ਇਹਨੂੰ ਚਾਹ ਆਪ ਜਾਵੇ ਤਾਂ ਮੈਂ ਇਹਨੂੰ $5 million ਦਿੰਦਾ ਇਨਾਮ। ਗੁਰਬੀਰ ਜੀ ਨੋਟ ਕਰਿਓ, ਇਹ ਫਿਰ ਉਸ ਜਗ੍ਹਾ ਚੜਾਵੇ। ਅਸੀਂ ਕੋਈ ਚੈਲੰਜ ਨਹੀਂ ਕਰ ਰਹੇ, ਕਿਸੇ ਨੂੰ ਥ੍ਰੈਟ ਨਹੀਂ ਕਰ ਰਹੇ, ਅਸੀਂ ਚਾਹੁੰਦੇ ਕਿ ਤੁਸੀਂ ਲੋਕਾਂ ਨੂੰ ਗੁੰਮਰਾਹ ਨਾ ਕਰੋ, ਜਿਹੜੀ ਚੀਜ਼ ਨਹੀਂ ਹੈ। ਖਾਲਿਸਤਾਨ ਜਿਹੜੀ ਜਗ੍ਹਾ ਜਾ ਕੇ ਬਣਾਉਣਾ ਹੈਗਾ ਉੱਥੇ ਜਾ ਕੇ ਬੋਲਣ, ਨਾ ਇੱਥੇ ਬੋਲਣ ਦਾ ਕੀ ਫਾਇਦਾ, ਨਾ ਕੋਈ ਸੁਣ ਰਿਹਾ ਤੁਹਾਨੂੰ, ਨਾ ਕੋਈ ਫਾਇਦਾ। ਐਵੇਂ 100 ਲੋਕ ਤੁਸੀਂ 500,000 ਲੋਕ ਮਗਰ ਲਗਾ ਕੇ, ਉਹਨਾਂ ਦਾ ਵੀ ਦਿਮਾਗ ਖਰਾਬ ਕੀਤਾ ਹੋਇਆ ਹੈਗਾ। ਆਓ ਆਪਾਂ ਖਾਲਿਸਤਾਨ, ਤੁਹਾਡਾ ਬਹੁਤ ਚੰਗਾ, ਇੰਡੀਆ ਜਾ ਕੇ ਮੰਗੋ ਤਾਂ ਸਹੀ, ਉੱਥੇ ਹਿੰਮਤ ਤਾਂ ਦਿਖਾਓ ਉੱਥੇ ਜਾ ਕੇ ਬੋਲਣ ਦੀ। ਸਾਡੇ ਨਾਲ ਸਾਂਝਾ ਕੀਤਾ ਕਿ ਗੁਰੂ ਘਰ ਦੇ ਵਿੱਚ ਸਿੰਪਲ ਸੂਟ ਸਲਵਾਰ ਦੇ ਨਾਲ ਲਾਮਾ ਲੈਣੀ ਚਾਹੀਦੀ ਆ। ਬਹੁਤ ਚੰਗੀ ਗੱਲ ਕੀਤੀ ਤੁਸੀਂ, ਧੰਨਵਾਦ ਤੁਹਾਡਾ। ਮਾਂ ਪਿਓ ਦੇ ਵੀ ਪੈਸੇ ਬਚਦੇ ਆ ਜੀ, ਇਹਨਾਂ ਨੇ 20 ਲੋਕੀ ਭੇਡ ਚਾਲ ਹੈ, ਉਹਨੇ 20,000 ਦਾ ਪਾਇਆ, ਮੈਂ 30 ਦਾ ਪਾਊਂਗੀ, ਮੈਂ 35 ਦਾ ਪਾਊਂਗੀ। ਥੈਂਕ ਯੂ ਜੀ, 2 ਵਾਰੀ ਤੋਂ ਵੱਧ ਲਹਿੰਗਾ ਨੀ ਪੈਂਦਾ ਉਹਲਾ, 2 ਵਾਰੀ ਤੋਂ ਵੱਧ ਲਹਿੰਗਾ ਨੀ ਪੈਂਦਾ ਉਹ। ਮੇਰੇ ਖਿਆਲ 1 ਦਿਨ ਹੀ ਪਾਉਂਦੇ, ਮੁੜ ਕੇ ਪਾਉਂਦੇ ਨੀ ਉਹ। ਚਲੋ ਜੀ, 1 ਦਿਨ ਹੋਰ ਪਾ ਲੈਣਗੇ ਕਿਤੇ, ਕਿਸੇ ਯਾਰ ਜੋਰ ਦੇ ਵਿਆਹ ਤੇ, ਉਸ ਤੋਂ ਬਾਅਦ ਤਾਂ ਬੇਕਾਰ ਹੋ ਸਾਲਾ, ਮਿੱਟੀ ਖਾਂਦਾ ਲਹਿੰਗਾ। ਚਲੋ, ਗੁਰੂ ਘਰ ਦੀ ਮਰਿਆਦਾ ਨੂੰ ਅਸੀਂ ਚਾਹਾਂਗੇ ਵੱਧ ਤੋਂ ਵੱਧ ਕਾਇਮ ਕੀਤਾ ਜਾਵੇ, ਪਰ ਗੁਰੂ ਘਰ ਦੀ ਮਰਿਆਦਾ ਦੇ ਨਾਲ ਨਾਲ ਜਿਹੜੇ ਪਰਿਵਾਰ ਹੈ ਉਹਨਾਂ ਨਾਲ ਬੈਠ ਕੇ ਜਿਹੜਾ ਹੈ ਉਹ ਸਮਝੌਤਾ ਕੀਤਾ ਜਾਵੇ। ਕੋਈ ਐਸੀ ਤੁਸੀਂ ਬੰਦਿਸ਼ ਨਾ ਲਾਓ ਜਾਦੀ ਕਿ ਜਿਹਦੇ ਨਾਲ ਬੱਚੇ ਜਿਹੜੇ ਦੂਰ ਚੱਲ ਜਾਣ ਗੁਰੂ ਘਰ ਤੋਂ, ਸਾਡੀ ਬੇਨਤੀ। ਬੰਦਿਸ਼ ਸਾਨੂੰ ਲਗਾਉਣੀ ਹੈ ਤਾਂ ਮਿਹਰਬਾਨੀ।